ਫਰੀਦਕੋਟ ਦੇ ਪਿੰਡ ਹਰੀਨੌ ਵਿਖੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਹਰੀਨੌ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਹਰੀਨੌ ਵਿਖੇ ਗੁਰਪ੍ਰੀਤ ਨਾਂ ਦਾ ਨੌਜਵਾਨ ਪੰਚਾਇਤੀ ਚੋਣਾਂ ਵਿੱਚ ਸਰਪੰਚ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਵਾਪਸ ਜਾ ਰਿਹਾ ਸੀ। ਦੂਜੇ ਪਾਸੇ ਤੋਂ ਬਾਈਕ 'ਤੇ ਸਵਾਰ ਤਿੰਨ ਅਣਪਛਾਤਿਆਂ ਨੇ ਆਉਂਦਿਆਂ ਹੀ ਤੜਾਤੜ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਗੁਰਪ੍ਰੀਤ ਨੂੰ 4 ਗੋਲੀਆਂ ਲੱਗੀਆਂ ਅਤੇ ਹਮਲਾਵਰ ਫਰਾਰ ਹੋ ਗਏ। ਜ਼ਖਮੀ ਹਾਲਤ ਵਿੱਚ ਗੁਰਪ੍ਰੀਤ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੱਸ ਰਹੀ ਹੈ ਕਿ ਗੁਰਪ੍ਰੀਤ ਸਿੰਘ ਲਗਾਤਾਰ ਬੇਅਦਬੀ ਮਾਮਲਿਆਂ ਦੇ ਇਨਸਾਫ ਦੀ ਲੜਾਈ ਵਿੱਚ ਸੁਖਰਾਜ ਸਿੰਘ ਨਾਲ ਜੁੜਿਆ ਹੋਇਆ ਹੈ। ਸਾਡੇ ਜੀ ਸਾਡਾ ਭਰਾ ਸੀ ਗੁਰਪ੍ਰੀਤ ਹਰੀਨੌ, ਹਰੀਨੌ ਪਿੰਡ ਦਾ, ਜ਼ਿਲ੍ਹਾ ਫਰੀਦਕੋਟ ਹੈ। ਤਕਰੀਬਨ 6:15 ਦਾ ਟਾਈਮ ਹੈ ਸ਼ਾਮ ਦਾ, ਬਾਹਰੋਂ ਬੰਦੇ ਆਉਂਦੇ ਆ, ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਮੋਟਰਸਾਈਕਲ 'ਤੇ 3 ਬੰਦੇ ਆਉਂਦੇ ਆ, 6:15 ਦਾ 6:30 ਦੇ ਵਿਚਕਾਰ ਦਾ ਸਮਾਂ ਹੈ। ਉਹ ਸੋਸ਼ਲ ਮੀਡੀਆ ਦੇ ਨਾਂ 'ਤੇ ਜਿਹੜੀ ਉਹਦੀ ID ਚੱਲਦੀ ਆ, ਉਹ ID ਪੁੱਛ ਕੇ ਵੀ ਹਰੀਨੌ ਟੌਕ ਜਿਹੜਾ ਮੁੰਡਾ ਚਲਾਉਂਦਾ ਉਹਨਾਂ ਦਾ ਘਰ ਕਿਹੜਾ, ਉਹ ਪੁੱਛਦੇ ਆ। ਸਾਹਮਣੇ ਉਹ ਕਿਤੇ ਉਸ ਗਲੀ 'ਚ ਆਉਂਦਾ ਮਿਲ ਜਾਂਦਾ ਅਤੇ ਉੱਥੇ ਦੇ ਜਿਹੜਾ ਨੇੜਿਓਂ ਗੋਲੀਆਂ ਮਾਰ ਜਾਂਦੇ ਆ। 4 ਗੋਲੀਆਂ ਵੱਜਦੀਆਂ, 4-5 ਗੋਲੀਆਂ ਜਿਹੜੀਆਂ ਉਹਦੇ ਫਾਇਰ ਮਾਰਦੇ ਆ ਛਾਤੀ 'ਚ ਅਤੇ ਢਿੱਡ 'ਚ। ਸਾਡੇ ਉਸ ਭਰਾ ਦੀ ਹੈ ਜਿਹੜੀ ਮੌਤ ਹੋ ਚੁੱਕੀ ਆ। ਅਸੀਂ ਪੰਜਾਬ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਇਹੀ ਕਹਾਂਗੇ ਕਿ ਸਾਨੂੰ ਉਹ ਬੰਦੇ ਆ ਜਿਹੜੇ ਲੋਕਾਂ ਦੇ ਮੂਹਰੇ ਜਨਤਕ ਚਾਹੀਦੇ ਆ, ਉਹਨਾਂ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਐਡੇ ਹੋਣੀ ਚਾਹੀਦੀ ਆ ਪੱਧਰ 'ਤੇ ਕਿ ਉਹਨਾਂ ਦੇ ਪਿੱਛੇ ਕੌਣ ਆ। ਜੋ ਸਾਨੂੰ ਪਤਾ, ਜਿਨ੍ਹਾਂ ਬਾਰੇ ਸਾਨੂੰ ਪਤਾ, ਉਹਨਾਂ ਦੇ ਨਾਂ ਅਸੀਂ ਆ ਜਿਹੜੇ ਉਹ ਆਪੇ ਜਿਹੜੇ ਆ ਪ੍ਰਸ਼ਾਸਨ ਨਾਲ ਅਸੀਂ ਰਾਬਤਾ ਰੱਖਾਂਗੇ। ਪਰ ਪ੍ਰਸ਼ਾਸਨ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰੇ ਅਤੇ ਉਹਨਾਂ ਦੀ ਜਿਹੜੀ ਪੁੱਛਗਿੱਛ ਕਰੇ ਵੀ ਉਹਨਾਂ ਦੇ ਪਿੱਛੇ ਕੌਣ ਆ ਅਤੇ ਕੀ ਕਾਰਨ ਰਹੇ ਆ। ਸੁਖਰਾਜ ਜੀ ਮੋਰਚੇ 'ਚ ਕਾਫੀ ਸਰਗਰਮ ਰਹੇ ਨੇ। ਬਿਲਕੁਲ, ਮੈਂ ਤੁਹਾਨੂੰ ਦੱਸ ਰਿਹਾ ਵੀ ਭਰਾ ਸੀਗਾ ਸਾਡੇ ਨਾਲ ਪਹਿਲੇ ਦਿਨ ਤੋਂ, 2015 ਤੋਂ ਅਸੀਂ ਇਕੱਠੇ ਚੱਲੇ ਹੋਏ ਹਾਂ। ਚਾਹੇ ਜਥੇਬੰਦੀ ਦੀ ਗੱਲ ਆ, ਚਾਹੇ ਸਿੱਖ ਮੋਰਚਿਆਂ ਦੀ ਗੱਲ ਆ, ਤਾਂ ਹਮੇਸ਼ਾ ਨਾਲ ਰਹਿੰਦਾ। ਪੰਥਕ ਦਰਦ ਰੱਖਣ ਵਾਲਾ ਵੀਰ ਸੀਗਾ। ਸਾਨੂੰ ਇਸ ਗੱਲ ਦਾ ਜਿਹੜਾ ਘਾਟਾ ਕਦੇ ਨਹੀਂ ਪੂਰਾ ਹੋਊਗਾ, ਪਰ ਮੈਂ ਫਿਰ ਇਹੀ ਕਹੂੰਗਾ ਵੀ ਹਜੇ ਅਸੀਂ ਆਪਣੀ ਜਿਹੜੀ ਇੱਥੋਂ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਤੁਹਾਡਾ ਸਾਡੀ ਆਵਾਜ਼ ਚੱਕਣ ਲਈ ਤੁਹਾਡਾ ਧੰਨਵਾਦ ਆ। ਜਿਹੜੀਆਂ ਉਹ ਗੱਲਾਂ ਬਾਤਾਂ, ਉਹ ਦੇਖੋ ਜੀ, ਉਹਦੀ ਇਕਾਤ ਸੀ, ਉਹ ਸਾਰਾ ਕੁਝ ਫੇਸਬੁੱਕ ਤੇ ਲਿਖ ਦਿੰਦਾ ਸੀ, ਜਿਹਨੂੰ ਕੀ ਬੋਲਦਾ ਸੀ ਉਹਦੀ ਫੋਟੋ ਪਾ ਕੇ ਲਿਖ ਦਿੰਦਾ ਸੀ। ਇਹ 'ਚ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ ਆ, ਜੱਗ ਜਾ ਰਿਹਾ ਵੀ ਕਿਹੜੇ ਬੰਦਿਆਂ ਨਾਲ ਉਹਦੀ ਲਾਗ ਡਾਟ ਰਹੀ ਹੈ ਤੇ ਕਿਹੜਿਆਂ ਨਾਲ ਨਹੀਂ ਰਹੀ ਹੈ। ਸੋ ਅਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹਾਂ ਪਹਿਲਾਂ ਤਾਂ, ਬਾਕੀ ਦੀਆਂ ਕਾਰਵਾਈਆਂ ਜਿਹੜੀਆਂ ਉਹ ਬਾਅਦ 'ਚ ਦੇਖੀਆਂ ਜਾਣਗੀਆਂ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਇਸ ਮੌਕੇ ਤੇ ਪੁੱਜੇ DSP ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਸੁਖਰਾਜ ਜੀ ਨੂੰ ਫੋਨ ਆਇਆ, ਉਹਨਾਂ ਤੋਂ ਸਾਨੂੰ ਪਤਾ ਲੱਗਿਆ ਜੀ, ਫਿਰ ਨਾਲ ਦੀ ਨਾਲ SSP ਸਾਹਿਬ ਕੋਲੇ ਵੀ ਇਨਫੋਰਮੇਸ਼ਨ ਪਹੁੰਚੀ ਹੋਈ ਸੀਗੀ। ਫਿਰ ਅਸੀਂ ਨਾਲੋਂ ਨਾਲ SSP ਸਾਹਿਬ ਨੇ ਇੱਥੇ ਅਰੇਂਜਮੈਂਟ ਕਰਾਇਆ ਵੀ ਬੰਦੇ ਵੀ ਚਲੋ ਉਹ ਬਚਣਾ ਚਾਹੀਦਾ, ਬਾਕੀ ਤਾਂ ਚੀਜ਼ਾਂ ਬਾਅਦ ਦੇਣੀਆਂ। ਹੁਣ ਸਾਰੇ ਅਸੀਂ ਰਲ ਮਿਲ ਕੇ ਕੰਮ ਕਰ ਰਹੇ ਹਾਂ, ਜੋ ਵੀ ਤੱਥ ਜਿਹੜੇ ਜਲਦੀ ਕੱਢ ਕੇ ਕੱਢਾਂਗੇ। ਕੌਣ ਨੇ ਜਿਨ੍ਹਾਂ 'ਤੇ ਗੋਲੀ ਚੱਲੀ ਹੈ, ਕੌਣ ਨੇ ਉਹ ਜਿਨ੍ਹਾਂ 'ਤੇ ਗੋਲੀ ਚੱਲੀ? ਇਹ ਸੁਖਰਾਜ ਸਿੰਘ ਤਾਂ ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਦੇ ਗਰੁੱਪ ਦੇ ਸੀਗੇ, ਉਹਨਾਂ ਦੇ ਸਾਥੀ ਸੀਗੇ। ਹਾਲ ਦੀ ਘੜੀ ਕੰਡੀਸ਼ਨ ਕਿਵੇਂ ਉਹਨਾਂ ਦੀ? ਹਾਲ ਦੀ ਘੜੀ ਸੀਰੀਅਸ ਹੈ ਜੀ। ਸਰ ਕੁਝ ਪਤਾ ਚੱਲ ਸਕਦਾ ਡਰਾਈਵਰ ਦਾ? ਅਜੇ ਤਾਂ ਜੀ ਇਸ ਸਟੇਜ ਦਾ ਬਹੁਤ ਅਰਲੀ ਹੈ, ਟੂ ਅਰਲੀ ਹੈ, ਮਤਲਬ ਕੋਈ ਨਹੀਂ ਕੁਛ ਕਹਿ ਸਕਦਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ।